ਇਹ ਸਾਨੂੰ ਇੱਕ ਕੱਲ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਕਿ ਕੁਝ ਦੇਸ਼ ਸੇਵਕ ਨੇ ਸਾਨੂੰ ਇੱਕ ਇਤਲਾਹ ਦਿੱਤੀ ਸੀਗੀ ਕਿ ਕੁਝ ਜਿਹੜੇ ਬੰਦੇ ਹੈਗੇ ਨੇ ਉਹ ਲੁੱਟਾਂ ਖੋਹਾਂ ਜਿਹੜੀਆਂ ਹੈਗੀਆਂ ਕਰਨ ਦੇ ਚੋਰੀਆਂ ਕਰਨ ਦੇ ਵਿੱਚ ਮਾਹਰ ਨੇ ਔਰ ਇਹ ਜੇ ਤੁਸੀਂ ਨਾਕਾਬੰਦੀ ਜਿਹੜੀ ਹੈਗੀ ਆ ਦਿੱਦੜਾਂ ਦੇ ਗੇਟ ਦੇ ਲਾਗੇ ਕੀਤੀ ਜਾਵੇ ਤਾਂ ਇਹ ਤੁਹਾਡੇ ਹੱਥ ਆ ਸਕਦੇ ਨੇ ਤੇ ਸਾਡੇ ਉਹਦੇ 'ਚ ਫਿਰ ASI ਸਾਹਿਬ ਨੇ ਜਾ ਕੇ ਲਿੱਦੜਾਂ ਗੇਟ ਦੇ ਲਾਗੇ ਅੰਗਰੇਜ਼ ਸਿੰਘ ਉਹਨਾਂ ਨੇ ਨਾਕਾਬੰਦੀ ਕਰਨ ਉਪਰੰਤ ਇਹਨਾਂ ਨੂੰ ਜਿਹੜਾ ਕਾਬੂ ਕੀਤਾ ਇਹਨਾਂ ਦੇ ਕਬਜ਼ਾ ਦੇ ਵਿੱਚੋਂ 22 ਮੋਬਾਈਲ ਨੇ ਵੱਖ ਵੱਖ ਕੰਪਨੀਆਂ ਦੇ 3 ਲੈਪਟਾਪ ਨੇ ਵੱਖ ਵੱਖ ਕੰਪਨੀਆਂ ਦੇ ਔਰ ਇੱਕ ਰੇਂਜਰ ਸਾਈਕਲ ਹੈਗਾ ਔਰ ਇੱਕ ਮੋਟਰਸਾਈਕਲ ਜਿਹੜਾ ਇਹਨਾਂ ਨੇ ਚੋਰੀ ਕੀਤਾ ਸੀਗਾ ਵੱਖ ਵੱਖ ਲੋਕਾਂ ਦੇ ਘਰਾਂ ਦੇ ਵਿੱਚ ਉਹਦੀ ਅਸੀਂ ਬਰਾਮਦਗੀ ਕੀਤੀ ਹੈ ਇਹਨਾਂ ਦੇ ਖਿਲਾਫ ਜਿਹੜਾ ਹੈਗਾ ਅਸੀਂ ਮੁਕਦਮਾ ਦਰਜ ਕਰ ਲਿਆ ਚੋਰੀ ਦਾ 379-482 ਦੇ 411 ਦੇ ਤਹਿਤ 182 ਨੰਬਰ ਕੱਲ੍ਹ ਦੀ ਡੇਟ ਦੇ ਵਿੱਚ ਮੁਕਦਮਾ ਦਰਜ ਕਰਕੇ ਇਹਨਾਂ ਦੇ ਕੋਲੋਂ ਅਸੀਂ ਰਿਕਵਰੀ ਕਰਾ ਲਈ ਹੈ ਇਹਨਾਂ ਨੂੰ ਹੁਣ ਅਸੀਂ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲੈਣਾ ਰਿਮਾਂਡ ਦੇ ਉਪਰੰਤ ਇਹਨਾਂ ਦੇ ਨਾਲ ਹੋਰ ਕੌਣ ਕੌਣ ਬੰਦੇ ਇਨਵੋਲਵ ਨੇ ਜਿਹੜੇ ਚੋਰੀ ਦੀਆਂ ਵਾਰਦਾਤਾਂ ਕਰਦੇ ਨੇ ਇਹਨਾਂ ਦੀ ਜਿਹੜੀ ਮੋਡਸ ਪ੍ਰਿੰਡੀ ਜ਼ਿਆਦਾਤਰ ਇਸ ਤਰ੍ਹਾਂ ਦੀ ਸੀਗੀ ਕਿ ਇਹ ਅਰਲੀ ਮਾਰਨਿੰਗ ਆਪਰੇਟ ਕਰਦੇ ਸੀਗੇ ਕਿ ਜਿਹੜੇ ਲੋਕ ਸਵੇਰੇ ਸੈਰ ਲਈ ਨਿਕਲਦੇ ਸੀਗੇ ਘਰਾਂ ਦੇ ਵਿੱਚੋਂ ਉਹਨਾਂ ਦਾ ਦਰਵਾਜ਼ਾ ਖੁੱਲ ਜਾਂਦਾ ਸੀਗਾ ਉਹ ਸੈਰ ਚਲੇ ਜਾਂਦੇ ਸੀ ਆਪਣੀ ਗਲੀ 'ਚ ਜਾਂ ਕਿਤੇ ਪਾਰਕ ਦੇ ਵਿੱਚ ਅਤੇ ਪਿੱਛੇ ਜਿਹੜੇ ਬਾਕੀ ਦੇ ਮੈਂਬਰ ਹੁੰਦੇ ਸੀ ਉਹ ਸੁੱਤੇ ਹੁੰਦੇ ਸੀਗੇ ਇਹ ਅੰਦਰ ਵੜਦੇ ਸੀ ਅਡੋਲ ਹੀ ਦੋ ਬੰਦੇ ਰੈਕੀ ਕਰਦੇ ਸੀ ਇੱਕ ਬੰਦਾ ਅੰਦਰ ਵੜ ਕੇ ਅੰਦਰ ਸਰਚ ਕਰਕੇ ਜੇ ਕਿਸੇ ਦਾ ਮੋਬਾਈਲ ਪਿਆ ਸੀ ਮੋਬਾਈਲ ਚੁੱਕ ਲੈਂਦੇ ਸੀ ਜਾਂ ਕਿਸੇ ਦਾ ਹੋਰ ਸੀ ਅਤੇ ਉਹ ਚੁੱਕ ਲੈਂਦੇ ਜਾਂ ਫਿਰ ਇਹ ਕੀ ਕਰਦੇ ਸੀਗੇ ਕਿ ਰਸਤਿਆਂ ਦੇ ਵਿੱਚ ਸਰਚ ਕਰਦੇ ਸੀਗੇ ਕਿ ਜਿਹੜੇ ਰਸਤੇ ਦੇ ਵਿੱਚ ਕਿਤੇ ਨਾ ਕਿਤੇ ਕੋਈ ਸ਼ਾਰਟ ਸਟੇ ਲਈ ਰੁਕਦਾ ਸੀ ਕੋਈ ਸਮਾਨ ਲੈਣ ਲਈ ਉਹਦਾ ਇਹ ਕੋਈ ਬੈਗ ਜਾਂ ਕੋਈ ਦੂਸਰੀਆਂ ਚੀਜ਼ਾਂ ਜੋ ਜੋ ਇਹਨਾਂ ਦੇ ਨਜ਼ਰ 'ਚ ਆਉਂਦੀਆਂ ਸੀ ਇਹ ਭੱਜਣ ਦੇ ਵਿੱਚ ਮਾਹਰ ਜਿਹੜੇ ਸੀਗੇ ਅਤੇ ਉਹ ਸਮਾਨ ਚੁੱਕ ਕੇ ਅਤੇ ਭੱਜ ਜਾਂਦੇ ਸੀਗੇ ਇਹ ਸਾਨੂੰ ਇਨਫੋਰਮੇਸ਼ਨ ਮਿਲਣ ਦੇ ਉੱਤੇ ਅਸੀਂ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗ੍ਰਿਫਤਾਰ ਕਰਕੇ ਰਿਕਵਰੀ ਸਾਡੀ ਹੋ ਗਈ ਹੈ ਹੋਰ ਰਿਕਵਰੀ ਦੀ ਆਸ ਹੈ ਅਤੇ ਇਹ ਅਸੀਂ ਇਹਨਾਂ ਨੂੰ ਰਿਮਾਂਡ 'ਤੇ ਲੈ ਕੇ ਪੁੱਛਗਿੱਛ ਕਰਕੇ ਹੋਰ ਜਿਹੜੇ ਬੰਦੇ ਇਹਨਾਂ ਦੇ ਨਾਲ ਇਨਵੋਲਵ ਹੋਣਗੇ ਉਹ ਵੀ ਔਰ ਪਲੱਸ ਇਹ ਇਹਨਾਂ ਤੋਂ ਅਸੀਂ ਡੀਪਲੀ ਜਿਹੜੀ ਪੁੱਛ ਪੜਤਾਲ ਕਰਾਂਗੇ ਸਰ ਕਿੰਨੇ ਬੰਦੇ ਫੜ ਗਏ 3 ਬੰਦੇ ਗ੍ਰਿਫਤਾਰ ਹੋਏ ਨੇ ਇਹ ਸਾਰੇ ਜਿਹੜੇ ਹੈਗੇ ਮਨਜੀਤ ਸਿੰਘ ਸਤਨਾਮ ਸਿੰਘ ਅਤੇ ਸੁਖਿੰਦਰ ਸਿੰਘ ਇਹ ਸਾਰੇ ਮਿੱਠੂ ਬਸਤੀ ਨੂੰ ਰਿਲੇਟਡ ਹੈਗੇ ਆ ਮਿੱਠੂ ਬਸਤੀ ਦੇ ਵਸਨੀਕ ਹੈਗੇ ਆ ਅਤੇ ਲਾਗੇ ਲਾਗੇ ਇਹ ਚੋਰੀਆਂ ਕਰਦੇ ਸੀਗੇ ਸ਼ਹਿਰ ਦੇ ਇਰਦ ਗਿਰਦ ਅਤੇ ਆਊਟਰ ਦੇ ਉੱਤੇ ਇਹਨਾਂ ਦੇ ਪਹਿਲਾਂ ਕੋਈ ਮੁਕਦਮਾ ਇਹਨਾਂ ਦਾ ਰਿਕਾਰਡ ਅਸੀਂ ਚੈੱਕ ਕਰ ਰਹੇ ਹਾਂ ਕਿ ਜੇ ਇਹਨਾਂ ਦੇ ਖਿਲਾਫ਼ ਪਹਿਲੇ ਮੁਕਦਮੇ ਕਿੰਨੇ ਹੈਗੇ ਨੇ ਔਰ ਕਿੰਨੇ ਮੁਕਦਮੇ ਕਿਸ ਨੇਚਰ ਦਾ ਹੋਰ ਇਹ ਕੰਮ ਕਰਦੇ ਰਹੇ ਠੀਕ ਹੈ ਜੀ ਇਹਨਾਂ ਤੋਂ ਅਸੀਂ ਡੀਪਲੀ ਜਿਹੜੀ ਪੁੱਛ ਪੜਤਾਲ ਕਰ ਸਰ ਕਿੰਨੇ ਬੰਦੇ ਫੜੇ ਗਏ 3 ਬੰਦੇ ਗ੍ਰਿਫਤਾਰ ਹੋਏ ਨੇ ਇਹ ਸਾਰੇ ਜਿਹੜੇ ਹੈਗੇ ਮਨਜੀਤ ਸਿੰਘ ਸਤਨਾਮ ਸਿੰਘ ਅਤੇ ਸੁਖਿੰਦਰ ਸਿੰਘ ਇਹ ਸਾਰੇ ਮਿੱਠੂ ਬਸਤੀ ਨੂੰ ਰਿਲੇਟਡ ਹੈਗੇ ਆ ਮਿੱਠੂ ਬਸਤੀ ਦੇ ਵਸਨੀਕ ਹੈਗੇ ਆ ਅਤੇ ਲਾਗੇ ਲਾਗੇ ਇਹ ਚੋਰੀਆਂ ਕਰਦੇ ਸੀਗੇ ਸ਼ਹਿਰ ਦੇ ਇਰਦ ਗਿਰਦ ਅਤੇ ਆਊਟਰ ਦੇ ਉੱਤੇ ਇਹਨਾਂ ਦੇ ਪਹਿਲਾਂ ਕੋਈ ਮੁਕਦਮਾ ਇਹਨਾਂ ਦਾ ਰਿਕਾਰਡ ਅਸੀਂ ਚੈੱਕ ਕਰ ਰਹੇ ਹਾਂ ਕਿ ਜੇ ਇਹਨਾਂ ਦੇ ਖਿਲਾਫ਼ ਪਹਿਲੇ ਮੁਕਦਮੇ ਕਿੰਨੇ ਹੈਗੇ ਨੇ ਔਰ ਕਿੰਨੇ ਮੁਕਦਮੇ ਕਿਸ ਨੇਚਰ ਦਾ ਹੋਰ ਇਹ ਕੰਮ ਕਰਦੇ ਰਹੇ